ਇੱਕ ਵੀਡੀਓ ਆਪਾਂ ਪਹਿਲਾਂ ਪਾਈ ਸੀ ਮਲੋੜ ਦੇ ਉੱਤੇ ਆ ਦੂਜੀ ਵੀਡੀਓ ਜਿੰਦੇ ਵਿੱਚ ਆਪਾਂ ਇੰਜਨਾਂ ਬਾਰੇ ਪੂਰੀ ਜਾਣਕਾਰੀ ਦੇਣੀ ਹੈ ਇੰਜਨ ਪਾਈਆਂ ਕੋਲ ਇੰਨੇ ਕ ਨੇ ਕਿ ਕੋਈ ਕਮੀ ਨਹੀਂ ਕਿਸੇ ਇੰਜਨ ਦੀ ਮੈਨੂੰ ਲੱਗਦਾ ਜਿਸ ਤੱਕ ਬਾਕੀ ਡੀਆਈ ਦੇ ਵਿੱਚ ਤਾਂ ਮੈਂ ਜੇ ਗੰਦ ਕਰਾਂ ਇੰਟਰ ਵਗੈਰਾ ਦੀ ਤਾਂ ਬਾਲੇ ਜਿਆਦਾ ਇੰਜਨ ਪਏ ਨੇ ਸੋਨਾਲੀਕਾ ਦਾ ਵੀ ਪਿਆ ਹੈ ਇਸ ਤੋਂ ਇਲਾਵਾ ਜੌਂਡੀਅਰ ਦਾ ਸਵਰਾਜ ਦਾ ਸੋਨਾਲੀਕਾ ਦਾ ਤਾਂ ਕਾਫੀ ਪਿਆ ਹੈ ਸਵਰਾਜ ਦੇ ਵੀ ਖਾਸੇ ਪੀਸ ਮੈਂ ਵੇਖੇ ਨੇ ਆ ਵੇਖੋ ਸਾਹਮਣੇ ਪਏ ਨੇ ਬਾਕੀ ਕੁਝ ਤਾਂ ਇਹੋ ਜਿਹੇ ਇੰਜਨ ਨੇ ਜਿਹੜੇ ਮੈਂ ਨਹੀਂ ਵੇਖੇਗੇ ਵਿੱਚ ਕਿਹੜੇ ਟਰੈਕਟਰ ਦੇ ਨਹੀਂ ਵੇਖੇਗੇ ਬਾਈਆਂ ਦਾ ਕੱਲਾ ਐਡਰੈਸ ਮਿਲੇਗਾ ਪਰ ਆਪਣੇ ਮਲੋਟ ਦੇ ਅੰਦਰ ਮਾਰਕੀਟ ਹੈ ਠੀਕ ਹੈ ਜੀ ਬਾਈਆਂ ਦੀ ਬਹੁਤ ਵੱਡੀ ਦੁਕਾਨ ਉਹ ਮੈਂ ਡਿਸਕ੍ਰਿਪਸ਼ਨ ਚ ਨੋਟ ਕਰ ਦਾਂਗਾ ਬਾਈਆਂ ਦਾ ਕੀ ਨਾਮ ਹੈ ਤਾਂ ਇਸ ਤੋਂ ਇਲਾਵਾ ਤੁਸੀਂ ਇੰਜਨ ਦੇਖ ਸਕਦੇ ਜੀ ਹੁਣ ਮੈਂ ਤੁਹਾਨੂੰ ਕਹਦਾ 10000 ਇੰਜਨ ਬਾਈ ਕਹਿੰਦੇ ਯਾਰ ਅਸੀਂ ਰੇਟ ਵੀਡੀਓ ਪਹਿਲੀ ਗੱਲ ਬਣਵਾਉਂਦੇ ਨਹੀਂ ਸੀ ਬਾਈ ਫਿਰ ਵੀ ਬਣਾ ਲੈਂਦੀ ਅਸੀਂ ਤੇ ਬਾਕੀ ਤੁਸੀਂ ਇੰਜਨ ਦੇਖ ਕੋਈ ਕਮੀ ਨਹੀਂ ਇਹ ਤਾਂ ਇੱਕ ਹੀ ਦੁਕਾਨ ਦੇ ਅੰਦਰ ਹੈ ਬਾਕੀ ਬਾਈਆਂ ਕੋਲ ਨਾ ਪੁਰਾਣੇ ਤੋਂ ਪੁਰਾਣੇ ਟਰੈਕਟਰ ਦਾ ਸਮਾਨ ਮਿਲ ਜਾਂਦਾ ਕ੍ਰੈਂਕਾਂ ਇਸ ਟਣ ਉਹਦੀ ਵੀਡੀਓ ਵੈਸੇ ਅਲੱਗ ਆਵੇਗੀ ਤੁਸੀਂ ਸਮਾਨ ਦੇਖ ਲੈ ਜੇ ਕੋਈ ਬਾਈਆਂ ਕੋਲ ਐਸਾ ਸਮਾਨ ਹੀ ਨਹੀਂ ਜਿਹੜਾ ਨਹੀਂ ਮਿਲਦਾ ਹੋਵੇ ਤੁਸੀਂ ਇੰਜਨ ਦੇ ਫਾਰਮ ਟਰੈਕ ਦਾ ਹਿੰਦੁਸਤਾਨ ਦਾ ਮਹਿੰਦਰਾ 555 ਸੌਰੀ 595 ਜਿਹੜੇ ਵੀ ਜਿਹੜਾ ਟਰੈਕਟਰ ਦਾ ਚਾਹੀਦਾ ਤੁਸੀਂ ਨਾਂ ਲਗੋ ਤੁਹਾਨੂੰ ਇੰਜਨ ਮਿਲ ਜੇਗਾ ਚੈੱਕ ਕਰਾਉਣਗੇ ਬਾਈ ਮੌਕੇ ਦੇ ਉੱਤੇ ਉਹ ਤੁਹਾਡੀ ਮਰਜ਼ੀ ਹੈ ਕਿਉਂਕਿ ਤੁਹਾਨੂੰ ਵੀ ਪਤਾ ਉਹ ਚੈੱਕ ਕਰਾਉਣ ਦਾ ਉਹਨਾਂ ਦਾ ਕੰਮ ਹੁੰਦਾ ਉਸ ਤੋਂ ਬਾਅਦ ਵਾਪਸੀ ਲੈਣ ਦੇਣ ਦਾ ਕੋਈ ਨਹੀਂ ਹੁੰਦਾਗਾ ਤੁਸੀਂ ਇੰਜਨ ਦੇਖ ਲਓ ਕੁਆਲਿਟੀ ਚੈੱਕ ਕਰੋ ਇੰਜਨ ਦੀ ਬਲੋ ਵਗੈਰਾ ਚੈੱਕ ਕਰੋ ਉਸ ਤੋਂ ਬਾਅਦ ਆਪਦੇ ਡੀਲਿੰਗ ਦੀ ਗੱਲ ਕਰੋ ਮੇਰੇ ਦਿਰਤ ਨਾਲ ਸਾਡਾ ਕੋਈ ਕਮਿਸ਼ਨ ਹੈ ਨਾ ਹੀ ਉਹਨਾਂ ਦਾ ਉਹਨਾਂ ਨੇ ਤਾਂ ਚਲੋ ਇੰਜਨ ਸੇਲ ਕਰਨੇ ਆ ਮੇਨ ਮਲੋਟ ਮਾਰਕੀਟ ਦੇ ਅੰਦਰ ਪਈਆਂ ਦੀ ਦੁਕਾਨ ਹੈ ਮਲੋਟ ਮਾਰਕੀਟ ਕਾਫੀ ਵੱਡੀ ਮਾਰਕੀਟ ਹੈ ਜਿੱਥੇ ਹਰ ਇੱਕ ਸਮਾਨ ਮਿਲਦਾ ਵੇਖੋ ਕ੍ਰੈਂਕਾਂ ਪਈਆਂ ਇਹਦਾ ਪ੍ਰਾਣੀਆਂ ਨਵੀਆਂ ਵੀ ਤੁਹਾਨੂੰ ਦਿਖਾਵਾਂਗਾ ਅਗਲੀ ਵੀਡੀਓ ਚ ਆਉਣੀਆਂ ਪਰ ਉਹ ਵੇਖੋ ਥੱਲੇ ਜਿਪਾ ਇੱਕ ਪੂਰੀ ਦੁਕਾਨ ਪੂਰੀ ਥੱਲੇ ਥੱਲੇ ਕ ਲੈਣ ਵੱਖਰੀ ਜਿੰਨੀ ਇੱਥੇ ਪਏ ਇੰਜਨ ਇੰਨੇ ਥੱਲੇ ਪਏ ਵੀਡੀਓ ਨੂੰ ਸ਼ੇਅਰ ਕਰੇ